ਤੁਸੀਂ ਦੇਖ ਰਹੇ ਹੋ ਪਿੰਡ ਹਜ਼ਾਰਾ ਦੇ 26ਵੇਂ ਖੇਡ ਮੇਲੇ ਦੀ ਸੂਰਮਾ ਪੰਜਾਬ ਔਨਲਾਈਨ ਵੈਬ ਨਿਊਜ਼ ਚੈਨਲ ਵੱਲੋਂ ਕੀਤੀ ਗਈ ਵਿਸ਼ੇਸ਼ ਕਵਰੇਜ। ਮੈਂ ਲਖਬੀਰ ਸਿੰਘ ਹਜ਼ਾਰਾ, ਸਰਕਲ ਪ੍ਰਧਾਨ ਪਤਾਰਾ। ਮੈਂ ਆਪ ਜੀ ਨੂੰ ਅਪੀਲ ਕਰਦਾ ਵੀ ਜਿਹੜਾ ਵੀ ਸਾਡਾ 26ਵਾਂ ਟੂਰਨਾਮੈਂਟ ਕਰਵਾਇਆ ਜਾ ਰਿਹਾ ਦਸ਼ਮੇਸ਼ ਸਪੋਰਟਸ ਕਲੱਬ ਅਤੇ NRI ਵੀਰਾਂ ਵੱਲੋਂ, ਉਹਦੇ ਫਾਈਨਲ ਮੁਕਾਬਲੇ 10 ਤਰੀਕ ਨੂੰ, 3 ਸ਼ੁੱਕਰਵਾਰ ਨੂੰ ਕਰਾਏ ਜਾ ਰਿਹਾ, ਜਿਹਦੇ 'ਚ ਓਪਨ ਦੀਆਂ ਅਤੇ ਵੇਟ ਦੀਆਂ ਟੀਮਾਂ ਭਾਗ ਲੈ ਰਹੀਆਂ ਆ। ਫਾਈਨਲ 'ਚ ਬਹੁਤ ਅਹਿਮ ਮੁਕਾਬਲੇ ਕਰਾਏ ਜਾਣਗੇ, ਬਹੁਤ ਖਾਸ ਟੀਮਾਂ ਜਿਹੜੀਆਂ ਮਿਹਨਤ ਕਰਕੇ ਫਾਈਨਲ ਤੱਕ ਪਹੁੰਚੀਆਂ ਉਹਨਾਂ ਦੇ ਮੁਕਾਬਲੇ ਹੋਣਗੇ। ਉਸ ਤੋਂ ਇਲਾਵਾ ਬੱਚਿਆਂ ਦੀਆਂ ਦੌੜਾਂ, ਬਜ਼ੁਰਗਾਂ ਦੀਆਂ ਦੌੜਾਂ, ਰੱਸਾਕੱਸੀ ਦੇ ਮੁਕਾਬਲੇ ਕਰਾਏ ਜਾਣਗੇ ਅਤੇ ਉਸ ਤੋਂ ਉਪਰੰਤ ਇੱਕ ਸੱਭਿਆਚਾਰਕ ਪ੍ਰੋਗਰਾਮ ਜਿਸ ਵਿੱਚ ਪੰਜਾਬ ਦੇ ਨਾਮਵਰ ਕਲਾਕਾਰ ਪਹੁੰਚ ਰਹੇ ਆ, ਜਿਸ ਵਿੱਚ ਸ਼ੀਰਾ ਜਸਵੀਰ, ਜਗਦੀਪ ਬਾਈਆ, ਸਨੀ ਮਿੱਤਲ ਜੋ ਵਾਇਸ ਆਫ ਪੰਜਾਬ 'ਚ ਰਨਰ ਅਪ ਰਹਿ ਚੁੱਕੇ ਆ, ਉਹ ਪਹੁੰਚ ਰਹੇ ਆ। ਉਹਨਾਂ ਦੇ ਨਾਲ ਲੱਕੀ ਗਿੱਲ, ਹੋਰ ਬਹੁਤ ਸਾਰੇ ਸਿੰਗਰ ਜਿਹੜੇ ਉੱਥੇ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ। ਅਤੇ ਆਪ ਜੀ ਨੂੰ ਅਪੀਲ ਆ ਵੀ ਵੱਧ ਤੋਂ ਵੱਧ ਪਹੁੰਚ ਕੇ ਸਾਡੀ ਹੌਸਲਾ ਅਫਜ਼ਾਈ ਕਰੋ, ਟੀਮ ਦੀ ਕਰੋ, ਕਮੇਟੀ ਦੀ ਕਰੋ, ਜੋ ਕਿ ਅਸੀਂ ਇਸ ਤਰ੍ਹਾਂ ਦੇ ਉਪਰਾਲੇ ਅੱਗੇ ਤੋਂ ਵੀ ਕਰਾਉਂਦੇ ਰਹੀਏ ਵੀ ਇਸ ਸੱਭਿਆਚਾਰਕ ਪ੍ਰੋਗਰਾਮ ਦੇ ਵਿੱਚ ਪਹੁੰਚ ਕੇ ਇਸ ਸੱਭਿਆਚਾਰਕ ਮੇਲੇ ਦੀ ਰੌਣਕ ਵਧਾਓ। ਮੈਂ ਪ੍ਰਦੀਪ ਸਿੰਘ ਹਜ਼ਾਰਾ, ਮੈਂਬਰ ਪੰਚਾਇਤ। ਮੈਂ ਸਮੂਹ ਆਪਣੇ ਪਿੰਡ ਵਾਸੀਆਂ ਦਾ, ਨੌਜਵਾਨਾਂ ਦਾ, ਗ੍ਰਾਮ ਪੰਚਾਇਤ ਹਜ਼ਾਰਾ ਵੱਲੋਂ ਅਤੇ ਦਸ਼ਮੇਸ਼ ਸਪੋਰਟਸ ਕਲੱਬ ਵੱਲੋਂ ਧੰਨਵਾਦ ਕਰਦਾ ਹਾਂ। ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਅਤੇ ਸਾਡੇ ਟੂਰਨਾਮੈਂਟ ਨੂੰ ਸਿਖਰਾਂ 'ਤੇ ਪਹੁੰਚਾਇਆ, ਅਤੇ ਬਾਹਰੋਂ ਆਉਣ ਵਾਲੀਆਂ ਟੀਮਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਉਤਸ਼ਾਹ ਭਰ ਕੇ ਆਪਣੇ ਪਿੰਡ, ਸਾਡੇ ਪਿੰਡ ਖੇਡਣ ਆਏ। ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਮੈਂ ਸਰਪੰਚ ਵਿਜਿੰਦਰ ਸਿੰਘ ਹਜ਼ਾਰਾ ਲਾਗਲੇ ਪਿੰਡਾਂ ਦੇ ਨਿਵਾਸੀਆਂ ਨੂੰ ਬੇਨਤੀ ਕਰਦਾ, ਜੋ ਅਸੀਂ 5 ਮਾਰਚ ਤੋਂ ਟੂਰਨਾਮੈਂਟ 10 ਮਾਰਚ ਨੂੰ ਫਾਈਨਲ ਹੋਣਗੇ, ਅਤੇ ਦਸ਼ਮੇਸ਼ ਸਪੋਰਟਸ ਕਲੱਬ ਨੇ ਜੋ ਟੂਰਨਾਮੈਂਟ ਪਿਛਲੇ ਦਿਨਾਂ ਤੋਂ ਸ਼ੁਰੂ ਕੀਤਾ ਗਿਆ, 10 ਮਾਰਚ ਨੂੰ ਫਾਈਨਲ ਹੋਣਗੇ। ਉਹਦੇ ਵਿੱਚ 6ਵੇਂ ਮੁਕਾਬਲੇ ਹੋਣਗੇ, ਫੁੱਟਬਾਲ ਦੀ ਟੀਮਾਂ ਦੇ ਬਹੁਤ ਤਕੜੇ ਖਿਡਾਰੀ ਪਹੁੰਚ ਰਹੇ ਆ। ਉਹਦੇ ਵਿੱਚ ਸਮੂਹ ਇਲਾਕਾ ਵਾਸੀਆਂ ਪਿੰਡਾਂ ਨੂੰ ਬੇਨਤੀ ਕਰਦਾ ਜੀ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ, ਅਤੇ ਉਸ ਦੇ ਵਿੱਚ ਸਾਡੇ ਮਾਣਯੋਗ MLA ਪਵਨ ਘਾਟੀ ਨੂੰ ਜੀ, ਅਤੇ ਦੁਆਬਾ ਜੋਨ ਦੇ ਪ੍ਰਧਾਨ ਸਾਹਿਬ ਜੋਤ ਸਿੰਘ ਸਾਬੀ ਜੀ ਅਤੇ ਦਿਹਾਤੀ ਦੇ ਪ੍ਰਧਾਨ ਸਰਦਾਰ ਗੁਰਵਿੰਦਰ ਸਿੰਘ ਜੀ ਕਿਸ਼ਨਪੁਰ ਜੀ ਇਨਾਮਾਂ ਦੀ ਵੰਡ ਕਰਨਗੇ। ਅਤੇ ਇਸ ਕਰਕੇ ਬੇਨਤੀ ਕਰਦਾ ਹਾਂ ਸਮੂਹ ਇਲਾਕਾ ਵਾਸੀਆਂ ਅਤੇ ਖਿਡਾਰੀਆਂ ਨੂੰ ਵੀ 10 ਮਾਰਚ ਨੂੰ ਫਾਈਨਲ ਮੁਕਾਬਲੇ ਵਿੱਚ ਚੋਟੀ ਦੇ ਹੋਣ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਅਤੇ ਹਮਹਾ ਕੇ ਪੁੱਜਣ ਦੀ ਕਿਰਪਾਲਤਾ ਕਰਨੀ। ਤੁਸੀਂ ਵੇਖ ਰਹੇ ਹੋ ਪਿੰਡ ਹਜ਼ਾਰਾ ਦੇ 26ਵੇਂ ਖੇਡ ਮੇਲੇ ਦੀ ਸੂਰਮਾ ਪੰਜਾਬ ਵੈਬ ਨਿਊਜ਼ ਚੈਨਲ ਵੱਲੋਂ ਕੀਤੀ ਗਈ ਵਿਸ਼ੇਸ਼ ਕਵਰੇਜ।